ਤੁਸੀਂ ਬੱਚਿਆਂ ਦੇ ਉਜਵਲ ਭਵਿੱਖ ਲਈ ਕੋਸ਼ਿਸ਼ ਕਰ ਰਹੇ ਹੋ, ਪਰਮੇਸ਼ਵਰ ਤੁਹਾਨੂੰ ਇਸ ਵਿੱਚ ਜਿੱਤ ਬਖਸ਼ੇਗਾ। ਇਹ ਕਿਸ ਤਰ੍ਹਾਂ ਹੁੰਦਾ ਹੈ? ਹਰ ਕੰਮ ਦੇ ਵਿੱਚ ਜਿੱਤ ਹਾਸਲ ਕਰਨਾ। ਇੱਕ ਰਾਜਾ ਜਾਂਦਾ ਹੈ, ਦੂਸਰਾ ਰਾਜਾ ਆਉਂਦਾ ਹੈ, ਦਾਨੀਅਲ ਨੂੰ ਫਿਰ ਵੀ ਜਿੱਤ ਹੀ ਮਿਲਦੀ ਹੈ। ਪਿਆਰੇ ਭਾਈਓ ਭੈਣੋ, ਯੇਸੂ ਮਸੀਹ ਦੇ ਨਾਮ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅਸੀਂ ਇੱਕ ਨਵੇਂ ਮਹੀਨੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਇੱਕ ਮਹੀਨਾ ਬੀਤ ਗਿਆ, ਇਹ ਪ੍ਰਭੂ ਦੀ ਕਿੰਨੀ ਵੱਡੀ ਕਿਰਪਾ ਹੈ ਨਾ। ਇਸ ਨਵੇਂ ਮਹੀਨੇ ਲਈ ਪ੍ਰਭੂ ਨੇ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਵਚਨ ਦਿੱਤਾ ਹੈ। ਪਰਮੇਸ਼ਵਰ ਜੋ ਵਚਨ ਦਿੰਦਾ ਹੈ ਉਸ ਨੂੰ ਸੁਣ ਕੇ ਐਵੇਂ ਹੀ ਨਹੀਂ ਚਲੇ ਜਾਣਾ ਚਾਹੀਦਾ, ਉਸ ਨੂੰ ਅਪਣਾ ਕੇ ਤੇ ਉਸ ਨੂੰ ਬੋਲਦੇ ਹੋਏ ਸਤੁਤੀ ਕਰਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਤਦ ਪਰਮੇਸ਼ਵਰ ਤੁਹਾਡੇ ਕੰਮਾਂ ਨੂੰ ਸਫਲ ਕਰੇਗਾ। ਕਹਾਉਤਾਂ ਦੀ ਕਿਤਾਬ ਉਸ ਦਾ 21ਵਾਂ ਅਧਿਆਇ ਉਸ ਦੀ 31ਵੀਂ ਆਇਤ। ਯੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾ ਵੱਲੋਂ ਹੁੰਦੀ ਹੈ। ਪ੍ਰਭੂ ਵਚਨ ਦੇ ਰਿਹਾ ਹੈ, ਜਿੱਤ ਯਹੋਵਾ ਵੱਲੋਂ ਹੀ ਹੁੰਦੀ ਹੈ। ਵਿਕਟਰੀ ਵਿਲ ਕਮ ਫਰੋਮ ਦਾ ਲੋਰਡ, ਤੁਹਾਨੂੰ ਜਿੱਤ ਮਿਲੇਗੀ। ਪੇਪਰਾਂ ਦੀ ਤਿਆਰੀ ਕਰ ਰਹੇ ਹੋ, ਤੁਹਾਨੂੰ ਜਿੱਤ ਜ਼ਰੂਰ ਮਿਲੇਗੀ। ਇੰਟਰਵਿਊ ਦੀ ਤਿਆਰੀ ਕਰ ਰਹੇ ਹੋ, ਯਿਸੂ ਤੁਹਾਨੂੰ ਜਿੱਤ ਦਿਵਾਉਣ ਜਾ ਰਿਹਾ ਹੈ। ਪ੍ਰਮੋਸ਼ਨ ਵਾਸਤੇ ਕੋਸ਼ਿਸ਼ ਕਰ ਰਹੇ ਹੋ, ਯਿਸੂ ਤੁਹਾਨੂੰ ਜਿੱਤ ਦਿਵਾਉਣ ਜਾ ਰਿਹਾ ਹੈ। ਕਾਰੋਬਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਯਿਸੂ ਤੁਹਾਨੂੰ ਜਿੱਤ ਦਿਵਾਉਣ ਜਾ ਰਿਹਾ ਹੈ। ਨੌਕਰੀ ਦੇ ਲਈ ਕੋਸ਼ਿਸ਼ ਕਰ ਰਹੇ ਹੋ, ਯਿਸੂ ਤੁਹਾਨੂੰ ਜ਼ਰੂਰ ਜਿੱਤ ਦਿਵਾਏਗਾ। ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਯਿਸੂ ਤੁਹਾਨੂੰ ਇਸ ਵਿੱਚ ਜਿੱਤ ਦੇਵੇਗਾ। ਘਰ ਦੀ ਉਸਾਰੀ ਕਰ ਰਹੇ ਹੋ ਜਾਂ ਤੁਸੀਂ ਕੋਈ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਵਿੱਚ ਜਿੱਤ ਮਿਲੇਗੀ। ਪ੍ਰਭੂ ਇਹ ਵਚਨ ਦੇ ਰਿਹਾ ਹੈ, ਜਿੱਤ ਯਹੋਵਾ ਵੱਲੋਂ ਹੀ ਹੁੰਦੀ ਹੈ। ਪ੍ਰਭੂ ਨੇ ਵਚਨ ਦੇ ਦਿੱਤਾ ਹੈ, ਇਸ ਮਹੀਨੇ ਤੁਹਾਨੂੰ ਜ਼ਰੂਰ ਜਿੱਤ ਮਿਲਣ ਵਾਲੀ ਹੈ। ਸੋ ਪਵਿੱਤਰ ਬਾਈਬਲ ਵਿੱਚ ਅਸੀਂ ਵੇਖਦੇ ਹਾਂ, ਦਾਨੀਅਲ ਨਾਮਕ ਇੱਕ ਪ੍ਰਭੂ ਦਾ ਬੱਚਾ ਹੈ ਜਿਸ ਦੇ ਬਾਰੇ ਵਰਣਨ ਕੀਤਾ ਗਿਆ ਹੈ। ਦਾਨੀਅਲ ਦੀ ਪੁਸਤਕ 6 ਅਧਿਆਇ ਉਸ ਦੀ 28 ਆਇਤ ਵਿੱਚ, ਦਾਨੀਅਲ ਆਪਣੇ ਸਾਰੇ ਕੰਮਾਂ ਵਿੱਚ ਜੇਤੂ ਹੁੰਦਾ ਰਿਹਾ। ਦਾਨੀਅਲ ਨੂੰ ਬਾਬਲ ਨਾਮਕ ਦੇਸ਼ ਵਿੱਚ, ਅੱਜ ਜਿਸ ਨੂੰ ਇਰਾਕ ਕਿਹਾ ਜਾਂਦਾ ਹੈ, ਉਸ ਸਮੇਂ ਇਸ ਦੇਸ਼ ਨੂੰ ਬਾਬਲ ਕਿਹਾ ਜਾਂਦਾ ਸੀ, ਦਾਨੀਅਲ ਨੂੰ ਇੱਕ ਗੁਲਾਮ ਬਣਾ ਕੇ ਉੱਥੇ ਲਿਜਾਇਆ ਗਿਆ। ਯਹੋਵਾ ਉਸ ਦੇ ਨਾਲ ਸੀ, ਇਸ ਲਈ ਉਸ ਨੂੰ ਜਿੱਤ ਤੇ ਜਿੱਤ ਦੇ ਕੇ, ਉੱਨਤੀ ਤੇ ਉੱਨਤੀ ਦੇ ਕੇ, ਜਿਸ ਨੂੰ ਉੱਪਰੇ ਦੇਸ਼ ਵਿੱਚ ਗੁਲਾਮ ਬਣਾ ਕੇ ਲਿਜਾਇਆ ਗਿਆ ਸੀ, ਪਰਮੇਸ਼ਵਰ ਨੇ ਉੱਥੇ ਉਸ ਨੂੰ ਰਾਜੇ ਦੇ ਬਾਅਦ ਦੂਜੇ ਨੰਬਰ ਤੇ ਪ੍ਰਧਾਨ ਮੰਤਰੀ ਬਣਾ ਦਿੱਤਾ। ਵੇਖੋ ਉਸ ਦੇ ਬਾਰੇ ਕੀ ਲਿਖਿਆ ਹੈ, 4 ਰਾਜੇ ਹੋਏ ਜਿਨ੍ਹਾਂ ਦੇ ਰਾਜ ਦੇ ਦੌਰਾਨ ਉਹ ਜਿੱਤ ਪਾ ਕੇ ਉਸੇ ਉੱਚੀ ਪਦਵੀ ਤੇ ਬਣਿਆ ਰਿਹਾ। ਐਸਾ ਬਾਈਬਲ ਵਿੱਚ ਲਿਖਿਆ ਗਿਆ ਹੈ, ਉਸ ਦੇ ਹਰ ਕੰਮ ਵਿੱਚ ਜਿੱਤ। ਇਹ ਕਿਵੇਂ ਹੁੰਦਾ ਹੈ ਹਰ ਕੰਮ ਵਿੱਚ ਜਿੱਤ ਪ੍ਰਾਪਤ ਕਰਨਾ? ਇੱਕ ਰਾਜਾ ਜਾਂਦਾ ਹੈ, ਦੂਜਾ ਰਾਜਾ ਆਉਂਦਾ ਹੈ, ਫਿਰ ਵੀ ਦਾਨੀਅਲ ਨੂੰ ਜਿੱਤ ਮਿਲਦੀ ਹੈ। ਇੱਕ ਹੋਰ ਰਾਜਾ ਆਉਂਦਾ ਹੈ, ਫਿਰ ਵੀ ਦਾਨੀਅਲ ਦੇ ਕੰਮਾਂ ਵਿੱਚ ਜਿੱਤ ਮਿਲਦੀ ਹੈ। ਉਹ ਇਸ ਕਰਕੇ ਕਿ ਰਾਜੇ ਬਦਲਦੇ ਰਹੇ, ਲੇਕਿਨ ਦਾਨੀਅਲ ਦੇ ਨਾਲ ਜੋ ਯਹੋਵਾ ਸੀ ਉਹ ਨਹੀਂ ਬਦਲਦਾ। ਪ੍ਰਭੂ ਨਾਲ ਸੀ, ਇਸ ਕਰਕੇ ਉਹ ਉਸ ਨੂੰ ਜਿੱਤ ਤੇ ਜਿੱਤ, ਉੱਨਤੀ ਤੇ ਉੱਨਤੀ ਦਿਵਾਉਂਦਾ ਰਿਹਾ। ਫਿਰ ਈਰਖਾ ਦੇ ਕਾਰਨ ਉਸ ਨੂੰ ਦਬਾਉਣ ਦੇ ਲਈ ਮਨੁੱਖ ਉਸ ਦੇ ਵਿਰੁੱਧ ਖੜੇ ਹੋਏ ਕਿ ਇਹ ਤਾਂ ਬਾਹਰੋਂ ਆਇਆ ਹੈ, ਵਿਦੇਸ਼ੀ ਹੈ ਤੇ ਸਾਡੇ ਦੇਸ਼ ਵਿੱਚ ਆ ਕੇ ਉੱਚੇ ਅਹੁਦੇ ਤੇ ਬੈਠਾ ਹੈ। ਰਾਜੇ ਨੇ ਇਸ ਨੂੰ ਇੰਨੀ ਉੱਚੀ ਪਦਵੀ ਤੇ ਬਿਠਾ ਰੱਖਿਆ ਹੈ, ਇਹ ਸੋਚ ਕੇ ਕਿ ਉਸ ਨੂੰ ਕਿਸੇ ਤਰ੍ਹਾਂ ਡਿੱਗਣਾ ਹੈ। ਉਸ ਦੇ ਵਿਰੁੱਧ ਇੱਕ ਅਨੋਖਾ ਕਾਨੂੰਨ ਬਣਾਇਆ ਗਿਆ ਕਿ ਕੁਝ ਵੀ ਕਰਕੇ ਇਸ ਦੀ ਹੱਤਿਆ ਕਰ ਦਿੱਤੀ ਜਾਵੇ, ਪਰ ਉੱਥੇ ਪ੍ਰਭੂ ਨੇ ਸ਼ੇਰਾਂ ਦੇ ਮੂੰਹ ਨੂੰ ਬੰਦ ਕਰ ਦਿੱਤਾ ਅਤੇ ਫਿਰ ਤੋਂ ਉਸ ਨੂੰ ਉੱਚਿਆਂ ਕੀਤਾ ਤੇ ਉਸ ਦੀ ਜਗ੍ਹਾ ਉਸ ਦੇ ਵੈਰੀ ਪੂਰੀ ਤਰ੍ਹਾਂ ਨਾਸ ਹੋ ਗਏ। ਇਸ ਦਾ ਕਾਰਨ ਹੈ ਯਹੋਵਾ। ਉਹ ਦਾਨੀਅਲ ਦੇ ਨਾਲ ਰਹਿੰਦਾ ਸੀ, ਸੋ ਯਹੋਵਾ ਨੇ ਦਾਨੀਅਲ ਦੇ ਨਾਲ ਰਹਿ ਕੇ ਉਸ ਨੂੰ ਜਿੱਤ ਤੇ ਜਿੱਤ ਦਿੱਤੀ। ਇਸ ਦਾ ਕਾਰਨ ਕੀ ਹੈ? ਪ੍ਰਭੂ ਤੁਹਾਡੇ ਨਾਲ ਰਹਿ ਕੇ ਜਿੱਤ ਦਿਵਾਵੇ, ਇਸ ਦੇ ਲਈ ਕੀ ਕਰਨਾ ਹੈ? ਤੁਸੀਂ ਕਿਰਪਾ ਕਰਕੇ ਦਾਨੀਅਲ ਦਾ ਇਹ 6ਵਾਂ ਅਧਿਆਏ ਆਪ ਪੜ੍ਹ ਕੇ ਵੇਖੋ। ਅੱਜ ਹੀ ਬੈਠ ਕੇ ਦਾਨੀਅਲ ਦਾ ਇਹ 6ਵਾਂ ਅਧਿਆਏ ਪੂਰੇ ਦਾ ਪੂਰਾ ਪੜ੍ਹ ਕੇ ਵੇਖੋ। ਇਸ ਵਿੱਚੋਂ 4 ਗੱਲਾਂ ਮੈਂ ਤੁਹਾਨੂੰ ਦੱਸਦਾ ਹਾਂ। ਸਭ ਤੋਂ ਪਹਿਲੀ ਹੈ ਦਾਨੀਅਲ 6ਵਾਂ ਅਧਿਆਏ ਉਸ ਦੀ 4 ਆਇਤ ਵਿੱਚ, ਤਦ ਉਹਨਾਂ ਮਨਸਬਦਾਰਾਂ ਤੇ ਪ੍ਰਧਾਨਾਂ ਨੇ ਚਾਹਿਆ ਪਈ ਕਿਵੇਂ ਨਾ ਕਿਵੇਂ ਰਾਜਕਾਜ ਦੇ ਕਾਰਨ ਦਾਨੀਅਲ ਉੱਤੇ ਕੋਈ ਦੋਸ਼ ਲਾਈਏ, ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਖੋਟ ਨਾ ਲੱਭਾ, ਕਿਉਂ ਜੋ ਉਹ ਵਫ਼ਾਦਾਰ ਸੀ ਅਤੇ ਉਹਦੇ ਵਿੱਚ ਕੋਈ ਔਗਣ ਜਾਂ ਖੋਟ ਨਾ ਲੱਭਾ।
ਉਸ ਉੱਤੇ ਜਿਹੜੇ ਦੋਸ਼ ਲਗਾਏ ਗਏ ਉਹ ਸਾਬਿਤ ਨਹੀਂ ਹੋ ਪਾਏ। ਆਪਣੇ ਕੰਮ ਵਿੱਚ ਇਮਾਨਦਾਰ, ਪੈਸੇ ਦੇ ਮਾਮਲੇ ਵਿੱਚ ਇਮਾਨਦਾਰ, ਮਿਹਨਤ ਕਰਨ ਵਿੱਚ ਇਮਾਨਦਾਰ, ਹਰ ਕੰਮ ਵਿੱਚ ਇਮਾਨਦਾਰ। ਇਸੇ ਕਰਕੇ ਯਹੋਵਾ ਨੇ ਉਸਨੂੰ ਹਰ ਕੰਮ 'ਚ ਜਿੱਤ ਦਿੱਤੀ। ਜਿੱਥੇ ਪ੍ਰਭੂ ਨੇ ਤੁਹਾਨੂੰ ਰੱਖਿਆ ਹੈ ਉੱਥੇ ਇਮਾਨਦਾਰੀ ਹੋਣੀ ਚਾਹੀਦੀ ਹੈ। ਇੱਕ ਪਰਿਵਾਰ 'ਚ ਤੁਹਾਨੂੰ ਪਤੀ ਜਾਂ ਪਤਨੀ ਬਣਾ ਕੇ ਰੱਖਿਆ ਹੈ ਤਾਂ ਉਸ ਪਰਿਵਾਰ ਦੇ ਪ੍ਰਤੀ ਇਮਾਨਦਾਰ ਰਹੋ। ਤੁਹਾਨੂੰ ਪਿਤਾ ਜਾਂ ਮਾਂ ਬਣਾ ਕੇ ਰੱਖਿਆ ਹੈ ਤਾਂ ਬੱਚਿਆਂ ਦੇ ਪ੍ਰਤੀ ਇਮਾਨਦਾਰ ਬਣ ਕੇ ਰਹੋ। ਜੇ ਤੁਹਾਨੂੰ ਬੱਚੇ ਦੇ ਰੂਪ 'ਚ ਰੱਖਿਆ ਹੈ ਤਾਂ ਤੁਸੀਂ ਵੱਡਿਆਂ ਦੇ ਪ੍ਰਤੀ ਇਮਾਨਦਾਰ ਬਣ ਕੇ ਰਹੋ। ਪੜ੍ਹਾਈ ਕਰ ਰਹੇ ਹੋ ਤਾਂ ਪੜ੍ਹਾਈ ਦੇ ਪ੍ਰਤੀ ਇਮਾਨਦਾਰ ਬਣ ਕੇ ਰਹੋ। ਨੌਕਰੀ ਕਰ ਰਹੇ ਹੋ ਤਾਂ ਨੌਕਰੀ ਇਮਾਨਦਾਰੀ ਨਾਲ ਕਰੋ। ਕੋਈ ਕੰਮ ਕਰ ਰਹੇ ਹੋ ਤਾਂ ਕਿਸੇ ਨੂੰ ਧੋਖਾ ਦਿੱਤੇ ਬਿਨਾਂ ਇਮਾਨਦਾਰੀ ਨਾਲ ਕਰੋ। ਕਿਸੇ ਨੂੰ ਧੋਖਾ ਦੇਣ ਬਾਰੇ ਸੋਚੋਗੇ ਤਾਂ ਪਰਮੇਸ਼ਵਰ ਦੀ ਬਰਕਤ ਤੋਂ ਵਾਂਝੇ ਰਹਿ ਜਾਓਗੇ। ਧੋਖਾਧੜੀ ਕਰਨਾ, ਚੋਰੀ ਚਕਾਰੀ ਕਰਨਾ, ਦੂਜਿਆਂ ਬਾਰੇ ਜ਼ਰਾ ਵੀ ਸੋਚੇ ਬਿਨਾਂ ਬਸ ਕੁਝ ਨਾ ਕੁਝ ਕਰਕੇ ਪੈਸਾ ਕਮਾਉਣਾ, ਲੋਕ ਮਰਦੇ ਨੇ ਮਰ ਜਾਣ ਐਸਾ ਸੋਚ ਕੇ ਸੁਆਰਥੀ ਜੀਵਨ ਜੀਣਾ, ਦੂਜਿਆਂ ਦੇ ਸਿਰ ਉੱਤੇ ਪੈਰ ਰੱਖ ਕੇ ਮੈਂ ਉਸ ਅਹੁਦੇ ਤੱਕ ਪਹੁੰਚਣਾ ਹੈ ਐਸਾ ਸੋਚਦੇ ਹਨ, ਕਿਸੇ ਹੋਰ ਦਾ ਨੁਕਸਾਨ ਕਰਕੇ ਤੁਸੀਂ ਆਪ ਉੱਨਤੀ ਕਰਨਾ ਚਾਹੁੰਦੇ ਹੋ, ਇਹ ਉਹ ਕੰਮ ਹਨ ਜੋ ਪ੍ਰਭੂ ਨੂੰ ਪਸੰਦ ਨਹੀਂ ਹਨ। ਐਸੇ ਲੋਕਾਂ ਨੂੰ ਪਰਮੇਸ਼ਵਰ ਕਦੇ ਵੀ ਜਿੱਤ ਨਹੀਂ ਦਿੰਦਾ ਹੈ। ਸੱਚੇ ਰਹੋ, ਹਰ ਕੰਮ ਵਿੱਚ ਇਮਾਨਦਾਰ ਰਹੋ, ਤਦ ਪ੍ਰਭੂ ਤੁਹਾਨੂੰ ਜਿੱਤ ਦੇਵੇਗਾ। ਤੇ ਦਾਨੀਅਲ 10 ਅਧਿਆਏ ਵਿੱਚ ਜੇ ਤੁਸੀਂ ਵੇਖੋ ਤਾਂ ਇੱਕ ਹੋਰ ਗੱਲ ਕਹੀ ਗਈ ਹੈ। ਉਹ ਰੋਜ਼ਾਨਾ 3 ਵਾਰ ਗੋਡਿਆਂ 'ਤੇ ਬੈਠ ਕੇ ਪ੍ਰਾਰਥਨਾ ਕਰਦਾ ਸੀ। ਨਿਯਮਿਤ ਰੂਪ ਨਾਲ ਪ੍ਰਾਰਥਨਾ ਦਾ ਜੀਵਨ। ਤੁਸੀਂ ਦਿਨ ਵਿੱਚ 3 ਵਾਰ ਪ੍ਰਾਰਥਨਾ ਨਹੀਂ ਕਰਦੇ, ਕੋਈ ਗੱਲ ਨਹੀਂ, 2 ਵਾਰ ਪ੍ਰਾਰਥਨਾ ਕਰੋ। ਪਹਿਲਾਂ ਸਵੇਰੇ ਉੱਠਦਿਆਂ ਹੀ ਪ੍ਰਭੂ ਦੇ ਲਈ 1 ਘੰਟੇ ਦਾ ਟਾਈਮ ਕੱਢੋ, ਉਸ ਦੀ ਉਡੀਕ ਕਰੋ ਤੇ ਪ੍ਰਾਰਥਨਾ ਕਰੋ। ਦੇਸ਼ ਦੇ ਲਈ ਪ੍ਰਾਰਥਨਾ ਕਰੋ। ਦਾਨੀਅਲ ਨੇ ਕਿਸ ਲਈ ਪ੍ਰਾਰਥਨਾ ਕੀਤੀ? ਨੌਕਰੀ ਲਈ, ਬੀਵੀ ਬੱਚਿਆਂ ਲਈ, ਕੀ ਇਹਨਾਂ ਗੱਲਾਂ ਲਈ ਪ੍ਰਾਰਥਨਾ ਕੀਤੀ? ਵੇਖੋ, ਨਾ ਉਸਦੀ ਕੋਈ ਬੀਵੀ ਸੀ, ਨਾ ਉਸਦੇ ਕੋਈ ਬੱਚੇ ਸਨ। ਉਹ ਪ੍ਰਧਾਨ ਮੰਤਰੀ ਸੀ, ਇਸ ਲਈ ਨੌਕਰੀ ਦੀ ਪਰੇਸ਼ਾਨੀ ਨਹੀਂ ਸੀ, ਕਮਾਈ ਦੀ ਸਮੱਸਿਆ ਨਹੀਂ, ਕਰਜ਼ੇ ਦੀ ਸਮੱਸਿਆ ਨਹੀਂ, ਬਿਮਾਰੀ ਦੀ ਸਮੱਸਿਆ ਨਹੀਂ, ਕੋਈ ਸਮੱਸਿਆ ਨਹੀਂ। ਤਾਂ ਫਿਰ ਉਹ ਕਿਸ ਦੇ ਲਈ ਪ੍ਰਾਰਥਨਾ ਕਰਦਾ ਸੀ? ਦੇਸ਼ ਦੇ ਵਾਸਤੇ, ਰਾਜੇ ਦੇ ਵਾਸਤੇ, ਉਸ ਦੇਸ਼ ਦੀ ਪਰਜਾ ਦੇ ਵਾਸਤੇ ਪ੍ਰਾਰਥਨਾ ਦੀ ਜ਼ਰੂਰਤ ਸੀ। ਆਪਣੇ ਦੇਸ਼ ਦੇ ਲਈ ਪ੍ਰਾਰਥਨਾ ਕਰੋ, ਪ੍ਰਧਾਨ ਮੰਤਰੀ ਦੇ ਲਈ ਪ੍ਰਾਰਥਨਾ ਕਰੋ, ਮੁੱਖ ਮੰਤਰੀ ਦੇ ਲਈ ਪ੍ਰਾਰਥਨਾ ਕਰੋ, ਦੇਸ਼ ਦੀ ਜਨਤਾ ਦੇ ਲਈ ਪ੍ਰਾਰਥਨਾ ਕਰੋ, ਦੇਸ਼ ਦੀ ਸੁੱਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰੋ, ਸ਼ਰਾਬਖੋਰੀ ਅਤੇ ਵੇਸਵਾਪੁਣੇ ਵਿੱਚ ਜੋ ਫਸੇ ਹੋਏ ਹਨ ਉਹਨਾਂ ਦੇ ਛੁਟਕਾਰੇ ਲਈ ਪ੍ਰਾਰਥਨਾ ਕਰੋ, ਪਾਪ ਅਤੇ ਸਰਾਪ ਵਿੱਚ ਜਕੜੀਆਂ ਹੋਈਆਂ ਆਤਮਾਵਾਂ ਲਈ ਹੌਕੇ ਭਰ ਭਰ ਕੇ ਪ੍ਰਾਰਥਨਾ ਕਰੋ। ਪ੍ਰਭੂ ਸਾਥੋਂ ਐਸੀ ਹੀ ਪ੍ਰਾਰਥਨਾ ਦੀ ਆਸ ਰੱਖਦਾ ਹੈ। ਦਾਨੀਅਲ ਰੋਜ਼ 3 ਵਾਰ ਪ੍ਰਾਰਥਨਾ ਕਰਦਾ ਸੀ। ਤੁਸੀਂ ਵੀ ਪਰਮੇਸ਼ਵਰ ਦੇ ਸਨਮੁੱਖ ਇਸੇ ਤਰ੍ਹਾਂ ਪ੍ਰਾਰਥਨਾ ਕਰੋ। ਪ੍ਰਭੂ, ਮੈਂ ਆਪਣੇ ਦੇਸ਼ ਦੇ ਲਈ, ਆਪਣੇ ਪ੍ਰਦੇਸ਼ ਦੇ ਲਈ, ਜਨਤਾ ਦੇ ਲਈ ਪ੍ਰਾਰਥਨਾ ਕਰਦਾ ਹਾਂ, ਇਹ ਕਹੋ। ਤੇ ਆਖਰ ਵਿੱਚ ਤੁਸੀਂ ਆਪਣੇ ਲਈ ਤੇ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰੋ। ਤੁਸੀਂ ਨਿਯਮਿਤ ਤੌਰ 'ਤੇ ਪ੍ਰਾਰਥਨਾ ਕਰਨ ਵਾਲਾ ਜੀਵਨ ਬਿਤਾਓ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ 1/2 ਘੰਟੇ ਵਾਸਤੇ ਪ੍ਰਾਰਥਨਾ ਕਰ ਸਕਦੇ ਹੋ। ਵਿਸ਼ੇਸ਼ਕਰ ਦੇਸ਼ ਵਿੱਚ ਜੋ ਸਮੱਸਿਆਵਾਂ ਹਨ ਉਹਨਾਂ ਬਾਰੇ ਜਾਣਨ ਲਈ ਤੁਸੀਂ ਅਖ਼ਬਾਰ ਪੜ੍ਹੋ, 1/2 ਘੰਟਾ TV 'ਤੇ ਖ਼ਬਰਾਂ ਵੇਖੋ ਕਿ ਦੇਸ਼ ਵਿੱਚ ਹੋ ਕੀ ਰਿਹਾ ਹੈ, ਅਤੇ ਉਸੇ ਦਿਨ ਉਸ ਸਮੱਸਿਆ ਦੇ ਲਈ ਪ੍ਰਭੂ ਦੇ ਸਾਹਮਣੇ ਤੁਸੀਂ ਪ੍ਰਾਰਥਨਾ ਕਰੋ। ਤੁਹਾਨੂੰ ਸੰਤੁਸ਼ਟੀ ਮਿਲੇਗੀ, ਤੁਹਾਡੀ ਪ੍ਰਾਰਥਨਾ ਨਾਲ ਦੇਸ਼ ਉੱਤੇ ਬਰਕਤ ਆਵੇਗੀ ਤੇ ਪ੍ਰਭੂ ਤੁਹਾਡੇ ਕੰਮ ਵਿੱਚ ਜਿੱਤ ਦੇਵੇਗਾ। ਜੇ ਤੁਸੀਂ ਸਵਾਰਥੀ ਬਣ ਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਬਰਕਤ ਕਿਸ ਤਰ੍ਹਾਂ ਦੇਵੇਗਾ? ਸਵਾਰਥੀ ਇਨਸਾਨ ਨੂੰ ਪ੍ਰਭੂ ਕਿਸ ਤਰ੍ਹਾਂ ਬਰਕਤ ਦੇ ਸਕਦਾ ਹੈ? ਇਸ ਕਰਕੇ ਦਾਨੀਅਲ ਵਾਂਗੂ ਪ੍ਰਾਰਥਨਾ ਕਰੋ। ਤੇ ਇੱਥੇ ਤੀਸਰੀ ਗੱਲ ਵੇਖੋ, ਇਸ ਦੀ 23ਵੀਂ ਆਇਤ ਵਿੱਚ ਅਸੀਂ ਵੇਖਦੇ ਹਾਂ ਕਿ ਉਹ ਪਰਮੇਸ਼ਵਰ ਦੇ ਪ੍ਰਤੀ ਵਫ਼ਾਦਾਰ ਰਿਹਾ। ਸ਼ੇਰਾਂ ਦੇ ਘੁਰੇ 'ਚ ਸੁੱਟਿਆ ਗਿਆ, ਉਸਨੇ ਕਿਹਾ, ਸ਼ੇਰ ਮੇਰਾ ਕੀ ਵਿਗਾੜਨਗੇ, ਕਿਉਂਕਿ ਸ਼ੇਰ ਦੀ ਸ੍ਰਿਸ਼ਟੀ ਕਰਨ ਵਾਲਾ ਯਹੋਵਾ ਹੀ ਮੇਰੇ ਨਾਲ ਹੈ। ਇਸ ਤਰ੍ਹਾਂ ਦਾ ਵਿਸ਼ਵਾਸ। ਉਸ ਦੀ ਜਾਣ ਪਛਾਣ ਵਾਲੇ ਉਸਦੇ ਦੋਸਤ ਮਿੱਤਰ ਰੋ ਰਹੇ ਹੋਣਗੇ, ਓਹੋ, ਦਾਨੀਅਲ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਰਹੇ ਹਨ, ਇਹ ਅਨਿਆਂ ਹੈ। ਉਹ ਚੀਕਦੇ ਹੋਣਗੇ, ਪਰ ਦਾਨੀਅਲ ਨੇ ਕਿਹਾ ਹੋਵੇਗਾ, ਰੋਂਦੇ ਕਿਉਂ ਹੋ, ਮੈਂ ਕੱਲ੍ਹ ਆ ਕੇ ਤੁਹਾਨੂੰ ਫਿਰ ਮਿਲਾਂਗਾ। ਉਹ ਇਹ ਕਹਿ ਕੇ ਉੱਥੋਂ ਗਿਆ ਹੋਵੇਗਾ, ਕਿਉਂਕਿ ਉਸਦੇ ਅੰਦਰ ਇੱਕ ਵਿਸ਼ਵਾਸ ਸੀ, ਯਹੋਵਾ ਦੇ ਉੱਤੇ ਉਸਦਾ ਵਿਸ਼ਵਾਸ। ਵਿਸ਼ਵਾਸੀ ਬਣ ਕੇ ਰਹੋ। ਜੇ ਤੁਸੀਂ ਪ੍ਰਭੂ 'ਤੇ ਵਿਸ਼ਵਾਸ ਕਰਨ ਲੱਗੋਗੇ ਨਾ ਤਾਂ ਤੁਹਾਡੇ ਕੰਮਾਂ 'ਚ ਜਿੱਤ ਮਿਲਦੀ ਜਾਵੇਗੀ। ਇੱਕ ਵਾਰ ਮੈਂ ਸੇਵਾ ਦੇ ਕੰਮ ਲਈ ਉੱਤਰ ਭਾਰਤ ਵਿੱਚ ਗਿਆ, ਤੇ ਉੱਤਰ ਭਾਰਤ ਵਿੱਚ ਉੱਥੇ ਇੱਕ ਅਜਿਹਾ ਜੰਗਲ ਸੀ ਜਿੱਥੇ ਸ਼ੇਰ ਆਮ ਹੀ ਘੁੰਮਦੇ ਫਿਰਦੇ ਦਿਸਦੇ ਸੀ, ਸ਼ਾਇਦ ਗੁਜਰਾਤ ਦੀ ਗੱਲ ਹੈ। ਉੱਥੇ ਜੰਗਲ ਦੇ ਇਲਾਕੇ 'ਚ ਜੋ ਲੋਕ ਸੇਵਾ ਕਰਦੇ ਸਨ ਉਹ ਮੈਨੂੰ ਸੇਵਾ ਦੇ ਕੰਮ ਲਈ ਉੱਥੇ ਲੈ ਕੇ ਗਏ। ਉਹਨਾਂ ਨੇ ਕਿਹਾ, ਭਾਈ, ਇਸ ਜੰਗਲੀ ਇਲਾਕੇ 'ਚ ਦਿਨ ਦੇ ਸਮੇਂ ਹੀ ਯਾਤਰਾ ਕਰ ਸਕਦੇ ਹਾਂ, ਰਾਤ ਹੁੰਦੇ ਹੀ ਸਾਰੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ, ਇੱਧਰ ਕੋਈ ਨਹੀਂ ਆਉਂਦਾ ਹੈ। ਮੈਂ ਪੁੱਛਿਆ, ਕਿਉਂ? ਤਾਂ ਉਹਨਾਂ ਨੇ ਕਿਹਾ, ਸ਼ੇਰ ਆਉਂਦੇ ਹਨ, ਇਸ ਜੰਗਲ ਵਿੱਚ ਸ਼ੇਰ ਆ ਕੇ ਰਸਤੇ ਵਿੱਚ ਬੈਠ ਜਾਂਦੇ ਹਨ। ਫਿਰ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ ਇੱਕ ਚਮਤਕਾਰ ਹੋਇਆ ਸੀ, ਤਾਂ ਮੈਂ ਪੁੱਛਿਆ ਕਿ ਕੀ ਹੋਇਆ ਸੀ। ਉਹਨਾਂ ਨੇ ਕਿਹਾ, ਇੱਥੇ ਕੁਝ ਆਦਿਵਾਸੀ ਲੋਕ ਹਨ ਜਿਨ੍ਹਾਂ ਪ੍ਰਭੂ ਨੂੰ ਗ੍ਰਹਿਣ ਕੀਤਾ ਹੈ, ਅਤੇ ਉਹ ਲੋਕ ਇੱਥੇ ਰਹਿੰਦੇ ਹਨ। ਉਹ ਰਾਤ ਦੇ ਸਮੇਂ ਆਰਾਧਨਾ ਵਾਸਤੇ ਬਹੁਤ ਦੂਰ ਜਾਂਦੇ ਹਨ। ਉਹ ਦਿਹਾੜੀ ਮਜ਼ਦੂਰੀ ਕਰਨ ਵਾਲੇ, ਖੇਤੀ ਕਰਨ ਵਾਲੇ ਆਦਿਵਾਸੀ ਲੋਕ ਹਨ।
ਪ੍ਰਭੂ ਨੇ ਉਹਨਾਂ ਲਈ ਜੋ ਚਮਤਕਾਰ ਕੀਤੇ ਹਨ ਉਹ ਉਹਨਾਂ ਦੀ ਗਵਾਹੀ ਦਿੰਦੇ ਹਨ। ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਹੈ ਤੇ ਇੱਕ ਵਿਸ਼ਵਾਸੀ ਆਦਿਵਾਸੀ ਨੇ ਉੱਥੇ ਆਪਣੀ ਗਵਾਹੀ ਦਿੱਤੀ, ਜਿਸ ਤੋਂ ਅਸੀਂ ਹੈਰਾਨ ਰਹਿ ਗਏ। ਤਾਂ ਮੈਂ ਪੁੱਛਿਆ ਕਿ ਉਸਨੇ ਗਵਾਹੀ ਵਿੱਚ ਕੀ ਕਿਹਾ। ਉਹ ਪਹਾੜੀ ਇਲਾਕੇ ਦੇ ਰਹਿਣ ਵਾਲੇ ਲੋਕ ਹਨ ਤੇ ਹਫ਼ਤੇ 'ਚ ਇੱਕ ਦਿਨ ਖਰੀਦਾਰੀ ਵਾਸਤੇ ਪਹਾੜ ਤੋਂ ਉੱਤਰ ਕੇ ਹੇਠਾਂ ਨਗਰ ਦੇ ਵੱਲ ਆਉਂਦੇ ਹਨ ਤੇ ਉਹਨਾਂ ਜੋ ਖਰੀਦਣਾ ਹੁੰਦਾ ਹੈ ਉਹ ਖਰੀਦ ਕੇ ਵਾਪਸ ਚਲੇ ਜਾਂਦੇ ਹਨ। 20-30 ਲੋਕ ਇਕੱਠੇ ਇੱਕ ਟੋਲੀ ਬਣਾ ਕੇ ਆਉਂਦੇ ਹਨ ਤੇ ਸਮਾਨ ਖਰੀਦ ਕੇ ਇਕੱਠੇ ਵਾਪਸ ਜਾਂਦੇ ਹਨ। ਕੋਈ ਇਕੱਲਾ ਨਹੀਂ ਜਾਂਦਾ ਕਿਉਂਕਿ ਉਹ ਖਤਰਨਾਕ ਜੰਗਲੀ ਇਲਾਕਾ ਹੈ। ਇਸੇ ਤਰ੍ਹਾਂ ਇੱਕ ਵਾਰ ਨਗਰ ਨੂੰ ਆਉਂਦਿਆਂ ਇਹ ਵਿਸ਼ਵਾਸੀ ਵੀ ਉਹਨਾਂ ਦੇ ਨਾਲ ਆਇਆ। ਜਦੋਂ ਉਹ ਸਾਰਾ ਸਮਾਨ ਖਰੀਦਣ ਤੋਂ ਬਾਅਦ ਗੱਠੜੀ ਸਿਰ 'ਤੇ ਰੱਖ ਕੇ ਜਾ ਰਹੇ ਸਨ ਤਾਂ ਇਸਨੇ ਕਿਹਾ, ਇੱਕ ਚੀਜ਼ ਹੋਰ ਲੈਣੀ ਹੈ। ਉਸਨੇ ਕਿਹਾ, ਤੁਸੀਂ ਚੱਲੋ, ਮੈਂ ਉਹ ਚੀਜ਼ ਲੈ ਕੇ ਆਉਂਦਾ ਹਾਂ। ਉਸ ਨੂੰ ਆਉਣ ਵਿੱਚ ਥੋੜ੍ਹੀ ਦੇਰ ਹੋ ਗਈ ਤੇ ਉਦੋਂ ਤੱਕ ਬਾਕੀ ਲੋਕ ਜੰਗਲੀ ਇਲਾਕਾ ਪਾਰ ਕਰ ਗਏ। ਇਹ ਉਹਨਾਂ ਨਾਲੋਂ ਵਿਛੜ ਗਿਆ ਸੀ, ਇਸ ਕਰਕੇ ਸਮਾਨ ਲੈ ਕੇ ਜਲਦੀ ਜਲਦੀ ਜਾ ਰਿਹਾ ਸੀ ਅਤੇ ਹੌਲੀ ਹੌਲੀ ਹਨੇਰਾ ਹੋਣ ਲੱਗ ਪਿਆ। ਜਦੋਂ ਉਹ ਛੇਤੀ ਛੇਤੀ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਅਚਾਨਕ ਇੱਕ ਆਵਾਜ਼ ਆਈ। ਇਹ ਕੈਸੀ ਆਵਾਜ਼ ਹੈ? ਜਦੋਂ ਇਹ ਵੇਖਣ ਲਈ ਅੱਗੇ ਵਧਿਆ ਤਾਂ ਸਾਹਮਣੇ ਇੱਕ ਸ਼ੇਰ ਉਸ ਦੇ ਸਾਹਮਣੇ ਬੈਠਾ ਸੀ ਤੇ ਉਸਨੂੰ ਘੂਰ ਰਿਹਾ ਸੀ। ਆਪਣਾ ਸਿਰ ਚੁੱਕ ਕੇ ਸ਼ੇਰ ਉਸ ਵੱਲ ਵੇਖ ਰਿਹਾ ਸੀ। ਉਹ ਇੱਕਦਮ ਨੇੜੇ ਸੀ। ਜ਼ਰਾ ਸੋਚ ਕੇ ਵੇਖੋ ਉਸ ਵੇਲੇ ਕੈਸਾ ਲੱਗੇਗਾ। ਹੱਥ ਪੈਰ ਕੰਬਣ ਲੱਗਣਗੇ, ਦਿਮਾਗ ਇੱਕਦਮ ਸੁੰਨ ਹੋ ਜਾਏਗਾ। ਪਰ ਉਸਨੇ ਕੁਝ ਨਹੀਂ ਕੀਤਾ, ਚੁੱਪਚਾਪ ਵੇਖਦਾ ਰਿਹਾ ਤੇ ਸ਼ੇਰ ਵੀ ਸਿਰ ਚੁੱਕ ਕੇ ਉਸਨੂੰ ਵੇਖਦਾ ਰਿਹਾ। ਕੁਝ ਹੀ ਕਦਮਾਂ ਦੀ ਵਿੱਥ ਸੀ। ਉਸਦੇ ਸਿਰ ਉੱਤੇ ਗੱਠੜੀ ਸੀ, ਹੱਥ ਵਿੱਚ ਉਸਨੇ ਥੈਲੇ ਫੜੇ ਹੋਏ ਸਨ। ਕੀ ਕਰਾਂ ਇਹ ਸੋਚੇ ਬਿਨਾਂ ਉਸਨੇ ਗੋਡੇ ਟੇਕ ਲਏ। ਉੱਥੇ ਹੀ ਉਸਨੇ ਗੋਡੇ ਟੇਕ ਕੇ ਪ੍ਰਭੂ ਵੱਲ ਵੇਖ ਕੇ ਕਿਹਾ, ਹੇ ਪ੍ਰਭੂ, ਜਿਸ ਸ਼ੇਰ ਦੀ ਤੂੰ ਸ੍ਰਿਸ਼ਟੀ ਕੀਤੀ ਹੈ ਉਸਨੇ ਮੇਰਾ ਰਾਹ ਰੋਕਿਆ ਹੋਇਆ ਹੈ, ਉਸਨੂੰ ਜਾਣ ਲਈ ਕਹਿ। ਤੂੰ ਉਸਨੂੰ ਜਾਣ ਲਈ ਕਹੇਂਗਾ ਤਾਂ ਹੀ ਉਹ ਜਾਏਗਾ, ਫਿਰ ਮੈਂ ਵੀ ਜਾ ਪਾਵਾਂਗਾ। ਜਿਸ ਸ਼ੇਰ ਨੂੰ ਤੂੰ ਰਚਿਆ ਹੈ ਉਸਨੇ ਮੇਰਾ ਰਾਹ ਰੋਕਿਆ ਹੋਇਆ ਹੈ, ਤੂੰ ਹੀ ਉਸਨੂੰ ਜਾਣ ਲਈ ਕਹਿ। ਵੇਖੋ ਕੈਸੀ ਪ੍ਰਾਰਥਨਾ ਹੈ, ਦਿਲ ਤੋਂ ਪ੍ਰਾਰਥਨਾ, ਵਿਸ਼ਵਾਸ ਦੀ ਪ੍ਰਾਰਥਨਾ। ਇਹ ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਸਨੇ ਵੇਖਿਆ ਤਾਂ ਵੇਖਿਆ ਕਿ ਸ਼ੇਰ ਉਸਦੇ ਸਾਹਮਣੇ ਉੱਠ ਕੇ ਜਾ ਰਿਹਾ ਹੈ ਤੇ ਇਹ ਆਪਣੇ ਰਾਹ ਤੁਰ ਕੇ ਆਪਣੇ ਘਰ ਪਹੁੰਚ ਗਿਆ। ਉਸਨੇ ਬੜੇ ਸਾਦੇ ਸ਼ਬਦਾਂ 'ਚ ਕਿਹਾ ਕਿ ਸ਼ੇਰ ਨੇ ਮੇਰਾ ਰਾਹ ਰੋਕ ਲਿਆ ਹੈ। ਛੋਟੀ ਜਿਹੀ ਪ੍ਰਾਰਥਨਾ ਕੀਤੀ ਤੇ ਸ਼ੇਰ ਚਲਾ ਗਿਆ। ਪ੍ਰਭੂ ਨੇ ਹੀ ਮੇਰੀ ਰਾਖੀ ਕੀਤੀ, ਉਸਨੇ ਕਿਹਾ। ਇੱਕ ਸੱਚੇ ਮਨ ਦੀ ਪ੍ਰਾਰਥਨਾ, ਵਿਸ਼ਵਾਸ ਵਾਲੀ ਪ੍ਰਾਰਥਨਾ। ਪ੍ਰਭੂ, ਇਸ ਸ਼ੇਰ ਦਾ ਰਚਣ ਵਾਲਾ ਤੂੰ ਹੀ ਹੈ ਅਤੇ ਤੂੰ ਮੇਰੇ ਨਾਲ ਹੈ, ਇਸ ਨੂੰ ਜਾਣ ਲਈ ਕਹਿ। ਇਸੇ ਨੂੰ ਵਿਸ਼ਵਾਸ ਕਹਿੰਦੇ ਹਨ। ਅਸੀਂ ਬਹੁਤ ਜਟਿਲ ਪ੍ਰਾਰਥਨਾਵਾਂ ਕਰਦੇ ਹਾਂ, ਸਾਦੀ ਪ੍ਰਾਰਥਨਾ। ਐਸਾ ਵਿਸ਼ਵਾਸ ਰੱਖੋ, ਅੱਜ ਸ਼ੇਰ ਦੇ ਵਾਂਗ ਤੁਹਾਡਾ ਰਾਹ ਰੋਕਣ ਵਾਲੇ ਤੇ ਤੁਹਾਡੇ ਕੰਮਾਂ 'ਚ ਰੁਕਾਵਟ ਪੈਦਾ ਕਰਨ ਵਾਲੇ ਲੋਕ, ਦੁਸ਼ਟ ਆਤਮਾਵਾਂ ਦਾ ਅਸਰ, ਜਾਦੂ ਟੂਣਾ, ਭਾਵੇਂ ਕੁਝ ਵੀ ਹੋਵੇ, ਰਾਹ ਖੁੱਲ ਜਾਏਗਾ, ਤੁਸੀਂ ਜਿੱਤ ਪਾਓਗੇ। ਵਿਸ਼ਵਾਸ ਰੱਖੋ, ਪ੍ਰਭੂ ਤੁਹਾਡੇ ਤੋਂ ਵਿਸ਼ਵਾਸ ਦੀ ਹੀ ਆਸ ਰੱਖਦਾ ਹੈ। ਚੌਥੀ ਗੱਲ 'ਤੇ ਗੌਰ ਕਰੋ, ਦਾਨੀਅਲ 6:3 ਵਿੱਚ ਕਿਹਾ ਗਿਆ ਹੈ ਕਿ ਦਾਨੀਅਲ ਵਿੱਚ ਇੱਕ ਚੰਗਾ ਆਤਮਾ ਸੀ, ਇੱਕ ਉੱਤਮ ਆਤਮਾ। ਕੈਸਾ ਆਤਮਾ ਸੀ? ਉਹ ਪਵਿੱਤਰ ਆਤਮਾ ਸੀ। ਪਵਿੱਤਰ ਆਤਮਾ ਪ੍ਰਾਪਤ ਕਰੋ, ਅਭਿਸ਼ੇਕ ਪ੍ਰਾਪਤ ਕਰੋ। ਕਿੰਨੇ ਚਿਰ ਦੀ ਤੌਬਾ ਕੀਤੀ ਹੈ, ਬਾਈਬਲ ਪੜ੍ਹ ਰਹੇ ਹੋ, ਪ੍ਰਾਰਥਨਾ ਕਰ ਰਹੇ ਹੋ, ਇਹ ਨਹੀਂ ਸੋਚਣਾ ਹੈ। ਤੌਬਾ ਕਰਨਾ, ਯਿਸੂ ਨੂੰ ਗ੍ਰਹਿਣ ਕਰਨਾ, ਬਾਈਬਲ ਪੜ੍ਹਨਾ, ਪ੍ਰਾਰਥਨਾ ਕਰਨਾ, ਇਹ ਸਭ ਜ਼ਰੂਰੀ ਹੈ। ਇਸ ਦੇ ਨਾਲ ਨਾਲ ਯਿਸੂ ਨੇ ਇਹ ਵੀ ਕਿਹਾ ਹੈ ਕਿ ਪਵਿੱਤਰ ਆਤਮਾ ਪਾਓ। ਰਸੂਲਾਂ ਦੇ ਕਰਤੱਬ 1 ਅਧਿਆਏ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਯਿਸੂ ਸਵਰਗ ਉਠਾਇਆ ਗਿਆ ਤਾਂ ਉਸ ਤੋਂ ਪਹਿਲਾਂ ਉਸਨੇ ਕੀ ਕਿਹਾ। ਰਸੂਲਾਂ ਦੇ ਕਰਤੱਬ 1:8, ਜਾਂ ਪਵਿੱਤਰ ਆਤਮਾ ਤੁਹਾਡੇ ਤੇ ਆਵੇਗਾ ਤਾਂ ਤੁਸੀਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ, ਇਹ ਕਿਹਾ। ਉਸ ਆਤਮਾ ਨੂੰ ਪਾਉਣ ਲਈ ਪ੍ਰਭੂ ਅੱਗੇ ਗਿੜਗਿੜਾਓ। ਪ੍ਰਭੂ ਨੇ ਕਿਹਾ, ਗਿੜਗਿੜਾਓਗੇ ਤਾਂ ਮੈਂ ਆਪਣਾ ਆਤਮਾ ਉਂਡੇਲਾਂਗਾ। ਗਿੜਗਿੜਾ ਕੇ ਕਹੋ, ਹੇ ਪ੍ਰਭੂ, ਮੇਰੇ ਅੰਦਰ ਪਵਿੱਤਰ ਆਤਮਾ ਦੇ, ਮੇਰਾ ਅਭਿਸ਼ੇਕ ਕਰ। ਸਵੇਰੇ ਸਵੇਰੇ ਉੱਠ ਕੇ ਪਵਿੱਤਰ ਆਤਮਾ ਨਾਲ ਭਰ ਕੇ ਪ੍ਰਾਰਥਨਾ ਕਰਕੇ ਦਫ਼ਤਰ ਜਾਓ, ਕਾਰੋਬਾਰ ਕਰਨ ਜਾਓ, ਜੋ ਕਰਨਾ ਹੈ ਕਰੋ। ਪ੍ਰਭੂ ਦੀ ਹਜ਼ੂਰੀ ਤੁਹਾਡੇ ਨਾਲ ਰਹੇਗੀ ਤੇ ਪੂਰਾ ਦਿਨ ਤੁਹਾਨੂੰ ਜਿੱਤ ਮਿਲਦੀ ਰਹੇਗੀ। ਪ੍ਰਭੂ ਤੁਹਾਨੂੰ ਹਰ ਕੰਮ ਵਿੱਚ ਜਿੱਤ ਬਖਸ਼ੇਗਾ ਤੇ ਹੁਣ ਇਸ ਮਹੀਨੇ ਪ੍ਰਭੂ ਤੁਹਾਨੂੰ ਜਿੱਤ ਦੇਵੇ ਇਸ ਦੇ ਲਈ, ਸਫਲ ਹੋਣ ਦੇ ਲਈ। ਪ੍ਰਭੂ ਕੰਮਾਂ ਦੀ ਰੁਕਾਵਟ ਦੂਰ ਕਰਕੇ ਚਮਤਕਾਰ ਕਰੇ, ਮੈਂ ਇਸ ਦੇ ਲਈ ਪ੍ਰਾਰਥਨਾ ਕਰਾਂਗਾ। ਸੋ ਅਸੀਂ ਮਿਲ ਕੇ ਪ੍ਰਾਰਥਨਾ ਕਰੀਏ, ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋਗੇ? ਇਸ ਮਹੀਨੇ ਪ੍ਰਭੂ ਨੇ ਜਿਹੜਾ ਵਚਨ ਦਿੱਤਾ ਹੈ ਉਸ ਦੇ ਅਨੁਸਾਰ ਜਿੱਤ ਪਾਉਣ ਲਈ ਪ੍ਰਾਰਥਨਾ ਕਰੋ। ਆਪਣੇ ਬੱਚਿਆਂ ਦੀ ਪੜ੍ਹਾਈ ਦੇ ਲਈ, ਜਿਹੜੇ ਪੇਪਰ ਉਹਨਾਂ ਨੇ ਦੇਣੇ ਹਨ, ਜਾਂ ਤੁਸੀਂ ਕੋਈ ਪੇਪਰ ਦੇਣੇ ਹਨ, ਅਸੀਂ ਹਰੇਕ ਕੰਮ ਲਈ ਪ੍ਰਾਰਥਨਾ ਕਰਾਂਗੇ। ਪਰਮ ਪਿਤਾ, ਤੂੰ ਜਿੱਤ ਦੇਣ ਵਾਲਾ ਪਰਮੇਸ਼ਵਰ ਹੈ, ਤੂੰ ਹਮੇਸ਼ਾ ਜਿੱਤ ਦੇਣ ਵਾਲਾ ਪਰਮੇਸ਼ਵਰ ਹੀ ਰਹੇਗਾ। ਦਾਨੀਅਲ ਦੇ ਕੰਮਾਂ ਵਿੱਚ ਜਿਸਨੇ ਜਿੱਤ ਦਿਵਾਈ ਉਹ ਪਰਮੇਸ਼ਵਰ ਹੈ। ਹੇ ਦਾਨੀਅਲ ਦੇ ਪਰਮੇਸ਼ਵਰ, ਅਸੀਂ ਤੇਰੇ ਤੇ ਵਿਸ਼ਵਾਸ ਕਰਦੇ ਹਾਂ। ਦਾਨੀਅਲ ਦਾ ਪਰਮੇਸ਼ਵਰ ਹੀ ਸਾਡਾ ਪਰਮੇਸ਼ਵਰ ਹੈ, ਤੂੰ ਸਾਡੇ ਨਾਲ ਹੈ, ਤੂੰ ਇਹਨਾਂ ਬੱਚਿਆਂ ਦਾ ਪਰਮੇਸ਼ਵਰ ਹੈ। ਜਿਵੇਂ ਦਾਨੀਅਲ ਦੇ ਹਰ ਕੰਮ ਵਿੱਚ ਤੂੰ ਜਿੱਤ ਬਖਸ਼ੀ, ਉਸੇ ਤਰ੍ਹਾਂ ਤੇਰੇ ਇਹਨਾਂ ਬੱਚਿਆਂ ਨੂੰ ਉੱਨਤੀ ਮਿਲੇ, ਜਿੱਤ ਪ੍ਰਾਪਤ ਹੋਵੇ। ਤੇਰੇ ਜੋ ਬੱਚੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ, ਉਹਨਾਂ ਨੂੰ ਇੱਕ ਵੱਡੀ ਜਿੱਤ ਦੇ ਕੇ ਪੇਪਰਾਂ 'ਚ ਪਾਸ ਕਰਕੇ ਤੂੰ ਉਹਨਾਂ ਨੂੰ ਖੁਸ਼ ਕਰੇਂਗਾ। ਪ੍ਰਭੂ, ਭਾਵੇਂ ਸਰਕਾਰ ਦੀਆਂ ਚੋਣਾਂ ਹੀ ਹੋਣ, ਸਕੂਲ ਦੇ ਪੇਪਰ, ਕਾਲਜ ਦੇ ਪੇਪਰ ਜਾਂ ਸਮੈਸਟਰ ਪੇਪਰਾਂ ਦੀ ਤਿਆਰੀ ਹੀ ਕਿਉਂ ਨਾ ਹੋਵੇ,
ਇਹਨਾਂ ਦੇ ਹਰ ਕੰਮ ਵਿੱਚ ਇਹਨਾਂ ਨੂੰ ਜਿੱਤ ਮਿਲੇ ਪ੍ਰਭੂ। ਜੋ ਨੌਕਰੀ ਦੇ ਲਈ ਪੇਪਰ ਦੇ ਰਹੇ ਹਨ, ਜਾਂ ਅੱਗੇ ਦੀ ਪੜ੍ਹਾਈ ਦੇ ਲਈ ਪੇਪਰ ਦਿੱਤੇ ਹਨ, ਜਾਂ ਪ੍ਰਭੂ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਇਹਨਾਂ ਨੇ ਪੇਪਰ ਦਿੱਤੇ ਹਨ, ਜਾਂ ਬੈਂਕ ਦੀ ਨੌਕਰੀ ਦੇ ਲਈ ਪੇਪਰ ਦਿੱਤੇ ਹਨ, ਸਭ ਵਿੱਚ ਇਹਨਾਂ ਨੂੰ ਯਿਸੂ ਦੇ ਨਾਂ 'ਚ ਜਿੱਤ ਮਿਲੇ। ਇਹਨਾਂ ਨੂੰ ਜਿੱਤ ਦੀ ਬਰਕਤ ਦਿਓ, ਪੜ੍ਹਾਈ ਵਿੱਚ ਅੱਗੇ ਵਧਾਓ ਪ੍ਰਭੂ, ਨੌਕਰੀ ਦੇ ਲਈ ਰਾਹ ਖੋਲ੍ਹ ਦਿਓ, ਤਰੱਕੀ ਦੇ ਲਈ ਨਵੇਂ ਰਾਹ ਖੋਲ੍ਹ ਦਿਓ ਪ੍ਰਭੂ। ਜਿਨ੍ਹਾਂ ਕੰਮਾਂ ਵਿੱਚ ਰੁਕਾਵਟਾਂ ਹਨ ਉਹ ਰੁਕਾਵਟਾਂ ਦੂਰ ਹੋ ਜਾਣ, ਕੰਮ ਸਫਲ ਹੋ ਜਾਣ, ਐਸਾ ਚਮਤਕਾਰ ਕਰੋ ਪ੍ਰਭੂ। ਜੋ ਸੰਤਾਨ ਦੀ ਪ੍ਰਾਪਤੀ ਵਾਸਤੇ ਕੋਸ਼ਿਸ਼ ਕਰ ਰਹੇ ਹਨ, ਆਪਣੀ ਕੋਸ਼ਿਸ਼ ਵਿੱਚ ਨਾਕਾਮ ਹੋ ਕੇ ਰੋਂਦੇ ਹੋਏ ਇਹਨਾਂ ਬੱਚਿਆਂ ਨੂੰ ਵੇਖੋ। ਇਸ ਮਹੀਨੇ ਇਹਨਾਂ ਨੂੰ ਬਰਕਤ ਜ਼ਰੂਰ ਮਿਲੇ ਪ੍ਰਭੂ, ਇਹਨਾਂ ਦੀ ਕੁੱਖ ਉੱਤੇ ਤੇਰੀ ਬਰਕਤ ਜ਼ਰੂਰ ਹੋਵੇ ਪ੍ਰਭੂ। ਯਿਸੂ ਦੇ ਨਾਮ ਵਿੱਚ ਇਹਨਾਂ ਨੂੰ ਬਰਕਤ ਮਿਲੇ ਪ੍ਰਭੂ। ਕਾਰੋਬਾਰ ਉੱਤੇ ਬਰਕਤ ਦੇ ਕੇ ਇਸ ਨੂੰ ਹੋਰ ਵਧਾ ਦਿਓ ਯਿਸੂ ਦੇ ਨਾਮ ਵਿੱਚ। ਜੋ ਤੇਰੇ ਬੱਚੇ ਕਿਸੇ ਕੇਸ ਵਿੱਚ ਫਸੇ ਹਨ, ਉਹਨਾਂ ਨੂੰ ਛੁਟਕਾਰਾ ਦੇ ਕੇ ਤੇ ਜਿੱਤ ਦੇ ਕੇ ਬਰਕਤ ਦੇ। ਜੋ ਕੰਮ ਉਹ ਕਰਨਾ ਚਾਹੁੰਦੇ ਹਨ, ਉਸ ਵਿੱਚ ਸਫਲਤਾ ਦੇ ਕੇ, ਰੁਕਾਵਟਾਂ ਦੂਰ ਕਰਕੇ, ਜਿੱਤ ਦੇ ਕੇ ਉੱਨਤੀ ਬਖਸ਼ੋ। ਯਿਸੂ ਮਸੀਹ ਦੇ ਨਾਮ ਵਿੱਚ ਜਿੱਤ ਦਿਵਾਉਣ ਵਾਲੇ ਪਰਮੇਸ਼ਵਰ ਦੀ ਵਡਿਆਈ ਹੋਵੇ। ਇਹ ਮਹੀਨਾ ਤੇਰੇ ਬੱਚਿਆਂ ਦੇ ਲਈ ਜਿੱਤ ਦਾ ਮਹੀਨਾ ਹੋਵੇ। ਹਰ ਦਿਨ ਇਹਨਾਂ ਨੂੰ ਜਿੱਤ ਦੇ ਕੇ ਖੁਸ਼ੀ ਬਖਸ਼ੋ। ਤੂੰ ਇਹ ਕਰ ਦਿੱਤਾ, ਇਸ ਲਈ ਤੇਰੀ ਵਡਿਆਈ ਹੋਵੇ, ਵਡਿਆਈ ਹੋਵੇ, ਵਡਿਆਈ ਹੋਵੇ। ਯਿਸੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਪਰਮ ਪਿਤਾ, ਆਮੀਨ, ਆਮੀਨ। ਪਿਆਰੇ ਭੈਣੋ ਭਾਈਓ, ਯਿਸੂ ਨੇ ਚਮਤਕਾਰ ਕਰ ਦਿੱਤਾ ਹੈ, ਵਿਸ਼ਵਾਸ ਰੱਖੋ। ਦਾਨੀਅਲ 6 ਅਧਿਆਏ ਵਿਚਲੀ ਇਸ ਆਇਤ ਨੂੰ ਬੋਲ ਕੇ ਪ੍ਰਾਰਥਨਾ ਕਰੋ। ਇਸ ਆਇਤ ਨੂੰ ਰੋਜ਼ਾਨਾ ਜ਼ਰੂਰ ਬੋਲੋ, ਗੋਡਿਆਂ ਭਾਰ ਹੋ ਕੇ ਇਸ ਆਇਤ ਨੂੰ ਬੋਲੋ। ਦਾਨੀਅਲ ਬਾਰੇ ਜੋ ਗੱਲਾਂ ਲਿਖੀਆਂ ਹਨ ਉਹਨਾਂ 'ਤੇ ਧਿਆਨ ਕਰਦੇ ਹੋਏ ਆਪਣੇ ਆਪ ਨੂੰ ਅਰਪਣ ਕਰੋ, ਤੁਹਾਨੂੰ ਜਿੱਤ ਜ਼ਰੂਰ ਮਿਲੇਗੀ, ਆਮੀਨ। ਪਿਆਰੇ ਦਰਸ਼ਕੋ, ਕਿਰਪਾ ਕਰਕੇ ਸਾਨੂੰ ਉਹਨਾਂ ਬਰਕਤਾਂ ਬਾਰੇ ਜ਼ਰੂਰ ਦੱਸੋ ਜੋ ਤੁਸੀਂ ਇਸ ਪ੍ਰੋਗਰਾਮ ਦੁਆਰਾ ਪਾਈਆਂ ਹਨ। ਆਪਣਾ ਪਤਾ ਅਤੇ ਫੋਨ ਨੰਬਰ ਸਾਨੂੰ ਸਾਡੇ ਇਸ ਪਤੇ 'ਤੇ ਭੇਜੋ। ਜੀਸਸ ਰਿਡੀਮਸ ਮਿਨਿਸਟਰੀਜ਼, ਬ੍ਰਾਂਚ ਆਫਿਸ, ਕਤਸਮਨੀ ਪ੍ਰੇਅਰ ਸੈਂਟਰ, ਨੀਅਰ ਮਦਰ ਟੈਰੇਸਾ ਪਾਰਕ, ਹਰਮੂ ਬਸਤੀ, ਰਾਂਚੀ, ਝਾਰਖੰਡ, 834012। ਫੋਨ 0651224425, 0969354218। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ।